ਸਰੋ ਤੇਰਵਿੰਦ ਕੇਜਰੀਵਾਲ ਨੇ ਚਿੱਟੇ ਰੰਗ ਦਾ ਰੁਮਾਲਾ ਬੰਨਿਆ ਹੋਇਆ ਮਾਫ ਕਰਨਾ ਰੁਮਾਲ ਬੰਨਿਆ ਹੋਇਆ ਹੈ ਤੇ ਉਹਦੇ ਭਗਵੰਤ ਮਾਨ ਨੇ ਪੀਲੇ ਰੰਗ ਦੀ ਪੱਗ ਬੰਨੀ ਹੋਈ ਹੈ ਤਾਂ ਭੀੜ ਦੇ ਵਿੱਚੋਂ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਗੱਡੀ ਦੇ ਵਿੱਚੋਂ ਨਿਕਲੇ ਨੇ ਭਗਵੰਤ ਮਾਨ ਤੇ ਨਾਲ ਹੀ ਅਰਵਿੰਦ ਕੇਜਰੀਵਾਲ ਕੰਟਾਕਰ ਪ੍ਰਵੇਸ਼ ਦੁਆਰ ਦੀਆਂ ਤਸਵੀਰਾਂ ਕਾਫਲਾ ਪਹਿਲ ਪਹਿਲ ਸਿਕਿਉਰਿਟੀ ਦਾ ਕਾਫਲਾ ਪਹੁੰਚਿਆ ਮਗਰ ਮਗਰ ਅਰਵਿੰਦ ਕੇਜਰੀਵਾਲ ਦੇ ਭਗਵੰਤ ਮਾਨ ਦਾ ਕਾਫਲਾ ਪਹੁੰਚਿਆ ਭਗਵੰਤ ਮਾਨ ਪੰਜਾਬ ਦੇ ਸੀਐਮ ਬਣਨ ਜਾ ਰਹੇ ਨੇ 16 ਮਾਰਚ ਨੂੰ ਹਾਲਾਂਕਿ ਸੌ ਚੁਕਣੀ ਹੈ ਤਾਂ ਉਸ ਤੋਂ ਪਹਿਲਾਂ ਹਰਮੰਦਰ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਪਹੁੰਚੇ ਹੋਏ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਮਨੀਸ਼ ਸੋਦੀਆ ਨਾਲ ਹੀ ਕਈ ਹੋਰ ਆਗੂ ਇੱਥੇ ਮੌਜੂਦ ਨੇ ਗੱਡੀ ਤੋਂ ਬਾਹਰ ਨਿਕਲੇ ਨੇ ਕੰਟਾਕਰ ਪ੍ਰਵੇਸ਼ ਦੁਆਰ ਤੋਂ ਪਾਰ ਕਰਦਿਆਂ ਹੋਇਆਂ ਅੰਦਰ ਕੌ ਕੰਪਲੈਕਸ ਵਾਲ ਨੂੰ ਵੜਦੇ ਹੋਏ ਭਗਵੰਤ ਮਾਨ ਤੇ ਨਾਲ ਹੀ ਅਰਵਿੰਦ ਕੇਜਰੀਵਾਲ ਹਜੂਮ ਇਥੇ ਲੋਕਾਂ ਦਾ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ ਪੂਰਾ ਤੌਰ ਤੇ ਜੋ ਵਿਸ਼ਵਾਸ ਲੋਕਾਂ ਦੇ ਅੰਦਰ ਦੇਖਣ ਨੂੰ ਮਿਲਿਆ ਅੱਜ ਵੀ ਉਹੀ ਆਰਾਦੀ ਮਿਲਦੀ ਤਸਵੀਰ ਜਿਵੇਂ ਵੱਡੀ ਗਿਣਤੀ ਦੇ ਵਿੱਚ ਸਮਰਥਕ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਦੇਖਣ ਦੇ ਲਈ ਇੱਕ ਯਾਦਗਾਰੀ ਪਲ ਇੱਕ ਦੇਖਣ ਨੂੰ ਨਹੀਂ ਰਿਕਾਰਡ ਕਰਨ ਦੇ ਲਈ ਇਥੇ ਪਹੁੰਚੇ ਹੋਏ ਨੇ ਭਗਵੰਤ ਮਾਨ ਅੱਗੇ ਮਗਰ ਥੋੜਾ ਰਸਤਾ ਦਿਖਾਉਂਦੇ ਹੋਏ ਅਰਵਿੰਦ ਕੇ ਜਰੀਵਾਲ ਨੂੰ ਉਹਨਾਂ ਦੇ ਪਿੱਛੇ ਅੰਦਰ ਵੱੜ ਰਿਹਾ ਨੇ ਦਰਬਾਰ ਸਾਹਿਬ ਦੇ ਅੰਦਰ ਹਰਮੰਦਰ ਸਾਹਿਬ ਦੇ ਅੰਦਰ ਵੱਲ ਨੂੰ ਪ੍ਰਵੇਸ਼ ਆ ਰਹੇ ਨੇ ਮੱਥਾ ਟੇਕਿਆ ਜਾਵੇਗਾ ਬਾਣੀ ਸਰਵਣ ਕੀਤੀ ਜਾਵੇਗੀ ਹਾਲਾਂਕਿ ਕੁਝ ਗਲਿਚਸ ਜ਼ਰੂਰ ਆ ਰਹੇ ਨੇ ਕੁਝ ਤਸਵੀਰਾਂ ਦੇ ਵਿੱਚ ਪਰ ਜ਼ਰੂਰ ਵਖਵਾ ਕੈਂਡਲਸ ਰਾਹੀਂ ਪ੍ਰਦਰਸ਼ਨ ਕਰਨ ਦੀਆਂ ਕੁਝ ਫੁਟੇਜ ਤੁਹਾਨੂੰ ਦਿਖਾ ਰਿਹਾ ਲਗਾਤਾਰ ਕੁਝ ਕਾਫੀ ਜ਼ਿਆਦਾ ਭੀੜ ਵੀ ਹੈ ਪਰ ਖਾਸ ਤੌਰ ਤੇ ਬੰਦੂਬਸਤ ਜ਼ਰੂਰ ਕੀਤੇ ਜਾ ਰਹੇ ਨੇ ਕਿ ਇੱਕ ਰਸਤਾ ਬਣਾਇਆ ਗਿਆ ਉਹਨਾਂ ਰਾਹੀਂ ਇੱਕ ਆਰਾਮ ਦੇ ਤਰੀਕੇ ਦੇ ਨਾਲ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੰਦਰ ਪਹੁੰਚਣ ਸੋ ਹੁੰਜਾ ਫੇਰ ਜਿੱਤ ਜੋ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਭਗਵੰਤ ਮਾਨ ਨੇ ਜੋ ਸੂਬੇ ਦੇ ਵਿੱਚ ਹਾਸਲ ਕੀਤੀ ਉਹ ਤਸਵੀਰਾਂ ਔਰ ਇਹ ਨਾਲ ਰਾਹ ਦੀਆਂ ਮਿਲੀਆਂ ਤਸਵੀਰਾਂ ਹਜੂਮ ਇਥੇ ਲੋਕਾਂ ਦਾ ਸੰਗਤ ਦਾ ਤਾਂ ਹੈ ਹੀ ਪਰ ਹਰਮੰਦਰ ਸਾਹਿਬ ਦੇ ਵਿੱਚ ਅੰਦਰ ਪ੍ਰਵੇਸ਼ ਕਰ ਚੁੱਕੇ ਨੇ ਅਰਵਿੰਦ ਕੇਸ਼ਰੀਵਾਲ ਭਗਵੰਤ ਮਾਨ ਵੱਡੀ ਗਿਣਤੀ ਦੇ ਵਿੱਚ ਵਿਦਾਇਕ ਵੀ ਪਹੁੰਚੇ ਹੋਏ ਨੇ ਸਮਰਥਕ ਵੀ ਪਹੁੰਚੇ ਹੋਏ ਨੇ ਖੂਬ ਭੀੜ ਲੱਗੀ ਹੋਈ ਹੈ ਲੋਕ ਉਹਨਾਂ ਨੂੰ ਇੱਕ ਦੇਖਣ ਦੇ ਲਈ ਵੀ ਪਹੁੰਚੇ ਹੋਏ ਨੇ ਕਿ ਆਪਣੇ ਆ ਗਏ ਨੇ ਪੰਜਾਬ ਦੇ ਸੀਐਮ ਪੰਜਾਬ ਦੇ ਸਿਆਸੀ ਭਗਵੰਤ ਮਾਨ ਮੱਥਾ ਟੇਕਣ ਦੇ ਲਈ ਅੰਦਰ ਆਨੇ ਕਾਹਦੀ ਯਾਦਗਾਰੀ ਪਲ ਹੋ ਜਾਂਦਾ ਹੈ ਕਿਉਂਕਿ ਜਦੋਂ ਇਕੰਨੀ ਹੁੰਜਾ ਫਿਰ ਜਿੱਤ ਜਦੋਂ ਕੋਈ ਵੀ ਪਾਰਟੀ ਹਾਸਲ ਕਰਦੀ ਹੈ ਸੀਐਮ ਕੋਈ ਵੀ ਹੋਵੇ ਪਹਿਲਾਂ ਜ਼ਰੂਰ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਾਂ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚਦਾ ਹੈ ਤਾਂ ਇਹ ਤਸਵੀਰ ਬਹੁਤ ਹੀ ਯਾਦਗਾਰੀ ਪਲ ਬਣ ਜਾਂਦਾ ਹੈ ਐਸੇ ਨਾਲ ਹੀ ਰਿਲੇਟਿਡ ਇਹ ਤਸਵੀਰ ਹੈ ਭਗਵੰਤ ਮਾਨ ਤਸਵੀਰਾਂ ਨੂੰ ਤੁਸੀਂ ਸਾਹ ਦੇਖ ਸਕਦੇ ਹੋ ਵੱਡੀ ਆਭਜੂ ਮਥੇ ਬਣਿਆ ਹੋਇਆ ਹਰਮੰਦਰ ਸਾਹਿਬ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀ ਇਹ ਵਿਧਾਇਕ ਵੀ ਸਮਰਥਕ ਵੀ ਪਹੁੰਚੇ ਹੋਏ ਨੇ ਸਿਕਿਉਰਿਟੀ ਵੀ ਇੱਥੇ ਮੌਜੂਦ ਨੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਕੁਝ ਸ਼ਾਇਦ ਬੀਬੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਇਹ ਸਰਦਾਲੂ ਨੇ ਸੰਗਤ ਤੇ ਉਹਨਾਂ ਦੇ ਨਾਲ ਰੂਬਰੂ ਕਰ ਰਹੇ ਨੇ ਰਾਪਤਾ ਕਾਇਮ ਕਰ ਰਹੇ ਨੇ ਭਗਵੰਤ ਮਾਨ ਤੇ ਹੌਲੀ ਹੌਲੀ ਪੌੜੀਆਂ ਉਤਰਨਗੇ ਤਾਂ ਫਿਰ ਬਾਅਦ ਵਿੱਚ ਨਤਮਸਤਕ ਹੋ ਕੇ ਗੁਰੂ ਸਾਹਿਬ ਗੁਰਬਾਣੀ ਜਿਹੜੀ ਸਰਵਣ ਕੀਤੀ ਜਾਵੇਗੀ ਭਗਵੰਤ ਮਾਨ ਦੇ ਵੱਲੋਂ ਤੇ ਨਾਲ ਹੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਰਵਿੰਦ ਕੇਜਰੀਵਾਲ ਤੇ ਨਾਲ ਹੀ ਭਗਵੰਤ ਮਾਨ ਪੌੜੀਆਂ ਉਤਰਦੇ ਤਸਵੀਰ ਤੁਹਾਡੀ ਟੀਵੀ ਸਕਰੀਨ ਤੇ ਪੰਜਾਬ ਦੇ ਸੀਐਮ ਬਣਨ ਵਾਲੇ ਭਗਵੰਤ ਮਾਨ ਸੌ ਚੁੱਕਣੀ ਮਹਿਸ ਜੇ ਬਾਕੀ ਹੈ ਪਰ ਪਰ ਸਾਫ ਹੈ ਕਿ ਭਗਵੰਤ ਮਾਨ ਪੰਜਾਬ ਦੇ ਸੀਐਮ ਨੇ ਤੇ ਪੰਜਾਬ ਦੇ ਸੀਐਮ ਉਤਰਦੇ ਹੋਏ ਪੌੜੀਆਂ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੇ ਨੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪਹੁੰਚ ਪੌੜੀਆਂ ਉਤਰਦੇ ਹੋਏ ਉਹਨਾਂ ਦੇ ਵੱਲੋਂ ਦਰਸ਼ਨ ਕੀਤੇ ਜਾਣਗੇ ਤੇ ਬਾਕੀ ਦਾ ਉਸ ਤੋਂ ਬਾਅਦ ਜਿਹੜਾ ਹੈ ਚੱਲਿਆਂ ਵਾਲਾ ਬਾਗ ਵੀ ਜਾਇਆ ਜਾਵੇਗਾ ਸਵੈਮ ਤਸਵੀਰਾਂ ਦਿਖਾਣੀਆਂ ਬਹੁਤ ਜ਼ਰੂਰੀ ਬਣ ਜਾਂਦੀਆਂ ਨੇ ਹੁੰਜਾ ਫਿਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਨੇ ਅੰਮ੍ਰਿਤਸਰ ਅੰਮ੍ਰਿਤਸਰ ਜਿੱਥੇ ਲੋਕਾਂ ਦਾ ਧੰਨਵਾਦ ਕੀਤਾ ਜਾਣਾ ਹੈ ਵਾਇਗਰੂ ਦਾ ਸ਼ੁਕਰਾਨਾ ਕੀਤਾ ਜਾਣਾ ਹੈ ਤੇ ਪੌੜੀਆਂ ਵੀ ਉਤਰ ਚੁੱਕੇ ਨੇ ਬਹੁਤ ਹੀ ਹੌਲੀ-ਹੌਲੀ ਉਤਰਨਾ ਪੈ ਰਿਹਾ ਕਿਉਂਕਿ ਪੀੜ ਬਹੁਤ ਜ਼ਿਆਦਾ ਲੱਗੀ ਹੋਈ ਹੈ ਬਹੁਤ ਵੱਡੀ ਗਿਣਤੀ ਦੇ ਜਿੱਥੇ ਤੋਂ ਤੁਹਾਡੀ ਨਜ਼ਰ ਪਹੁੰਚੇਗੀ ਉੱਥੇ ਤੁਹਾਨੂੰ ਸਿਰਫ ਸਿਰ ਹੀ ਸਿਰ ਦਿਖਣਗੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਅਰਵਿੰਦ ਕੇਜਰੀਵਾਲ ਦੇ ਗਲੇ ਦੇ ਵਿੱਚ ਸਰੋਪਾ ਵਾਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ ਭਗਵੰਤ ਮਾਨ ਨੂੰ ਵੀ ਇਸ ਦੌਰਾਨ ਭੀੜ ਦੇ ਵਿੱਚ ਉਹ ਹੀ ਬੜੀ ਲੋਕਾਂ ਨੇ ਸੰਗਤਾਂ ਨੇ ਪਿਆਰ ਵੀ ਦਿੱਤਾ ਹੁਣ ਚੁੱਕ ਕੇ ਮੱਥਾ ਟੇਕਦੇ ਹੋਏ ਆਪਣਾ ਸੀਸ ਨਿਵਾਜ਼ਦੇ ਹੋਏ ਭਗਵੰਤ ਮਾਨ ਨਾਲ ਅਰਵਿੰਦ ਕੇਜਰੀਵਾਲ ਅਹਿਮ ਤਸਵੀਰਾਂ ਅੱਜ ਦੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਲਈ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰਮੰਦਰ ਸਾਹਿਬ ਦੇ ਅੰਦਰ ਮੱਥਾ ਟੇਕਦੇ ਹੋਏ ਸੀਸ ਨਵਾਜ਼ਿਆ ਉਸ ਤੋਂ ਬਾਅਦ ਹੁਣ ਅੱਗੇ ਵਾਅਦੇ ਹੋਏ ਨਜ਼ਰ ਆ ਰਹੇ ਨੇ ਪ੍ਰਕਰਮਾ ਕੀਤੀ ਜਾਵੇਗੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਪ੍ਰਕਰਮਾ ਕੀਤੀ ਜਾਵੇਗੀ ਵੱਡੀ ਗਿਣਤੀ ਦੇ ਵਿੱਚ ਇੱਥੇ ਸੁਰੱਖਿਆ ਦੇ ਨਾਲ-ਨਾਲ ਪੱਤਰਕਾਰ ਲੋਕ ਵੀ ਬੜੇ ਮੌਜੂਦ